ਰੂਸ ਯੂਕਰੇਨ ਦੇ ਯੁੱਧ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਯੂਕਰੇਨ ਦੇ ਮਾਰੀਉਪੋਲ ਦੇ ਉੱਤੇ ਬਹੁਤ ਵੱਡੇ ਹਮਲੇ ਕੀਤੇ ਨੇ ਬੰਬਾਰੀ ਜਾਰੀ ਹੈ ਔਰ ਮਾਰੀਉਪੋਲ ਦਾ ਕਾਫੀ ਇਲਾਕਾ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜੇਕਰ ਗੱਲ ਕਰੀਏ ਲੋਹਾਂਸ ਇਲਾਕੇ ਦੀ ਤਾਂ ਉੱਥੇ ਵੀ ਬੰਬਾਰੀ ਜਾਰੀ ਹੈ ਤੇ ਉੱਥੇ ਲਗਭਗ 59 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਇਸ ਹਮਲੇ ਦੇ ਵਿੱਚ ਰੂਸ ਯੂਕਰੇਨ ਦਾ ਯੁੱਧ ਅੱਜ 24ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪਰ ਇਸ ਯੁੱਧ ਦੇ ਰੁਕਣ ਦੇ ਕਿਤੇ ਵੀ ਅਸਰ ਨਜ਼ਰ ਨਹੀਂ ਆ ਰਹੇ ਉਤੇ ਹੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗੱਲਬਾਤ ਦਾ ਵਿਸ਼ਾ ਹੁਣ ਨਹੀਂ ਰਹਿ ਗਿਆ ਇਹ ਯੁੱ ਨੇ ਯੂਕਰੇਨ ਦੇ ਉੱਤੇ ਇੰਨੇ ਹਮਲੇ ਕੀਤੇ ਨੇ ਕਿ ਯੂਕਰੇਨ ਦਾ ਹਰ ਇੱਕ ਸ਼ਹਿਰ ਤਬਾਹ ਹੋ ਗਿਆ ਜਿੱਥੇ ਪਹਿਲਾਂ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਹਮਲੇ ਨਹੀਂ ਕੀਤੇ ਜਾ ਰਹੇ ਸਨ ਪਰ ਹੁਣ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਹਮਲੇ ਹੋ ਰਹੇ ਨੇ ਉੱਥੇ ਹੀ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਆਮ ਜਨਤਾ ਜੋ ਚਾਹੁੰਦੀ ਹੈ ਕਿ ਯੁੱਧ ਦੇ ਉੱਤੇ ਅੰਕੁਸ਼ ਲੱਗੇ ਯੁੱਧ ਬੰਦ ਹੋਵੇ ਯੁੱਧ ਤੇ ਵਿਰਾਮ ਚੰਨ ਲੱਗੇ ਪਰ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਖੁੰਨਸ ਦੇ ਵਿੱਚ ਨੁਕਸਾਨ ਦੇਸ਼ ਨੂੰ ਹੋ ਰਿਹਾ ਹੈ ਉੱਥੋਂ ਦੀ ਜਨਤਾ ਨੂੰ ਹੋ ਰਿਹਾ ਹੈ ਉੱਥੋਂ ਦੇ ਆਰਥਿਕ ਮਾਹੌਲ ਨੂੰ ਹੋ ਰਿਹਾ ਹੈ ਪੂਰੇ ਸੰਸਾਰ ਦੇ ਦੇਸ਼ਾਂ ਦੀਆਂ ਅੱਖਾਂ ਇਸੇ ਵੱਲ ਹੁੰਦੇ ਨੇ ਕਿ ਇਹ ਯੁੱਧ ਤੇ ਛੇਤੀ ਤੋਂ ਛੇਤੀ ਵਿਰਾਮ ਲੱਗੇ ਤੇ ਯੁੱਧ ਰੁਕੇ ਤੁਸੀਂ ਦੇਖ ਰਹੇ ਹੋ ਐਚਐਸਐਨ ਟੀਵੀ ਵਧੇਰੇ ਅਪਡੇਟਸ ਲਈ ਜੁੜੇ ਰਹੋ ਐਚਐਸਐਨ ਟੀਵੀ ਦੇ ਨਾਲ